ਸਾਡੇ ਨਾਲ ਨਾ ਜੀ ਬਾਬਾ ਜੀ ਨੇ ਉੱਪਰੋਂ ਉਤਰ ਕੇ ਲੜਾਈ ਕੀਤੀ ਹੈ ਸਾਡੇ ਨਾਲ। ਅਸੀਂ ਇਹਨੂੰ ਰੱਬ ਦਾ ਭਾਣਾ ਨਹੀਂ ਕਹਾਂਗੇ ਜੀ, ਅਸੀਂ ਇਹਨੂੰ ਲੋਕਾਂ ਦਾ ਭਾਣਾ ਕਹਾਂਗੇ। ਸਾਨੂੰ ਤਾਂ ਨਾ ਇਸ ਤੋਂ ਚੰਗਾ ਸੀ ਕਿ ਪਰਮਾਤਮਾ ਸਾਡੀ ਜ਼ਿੰਦਗੀ ਕੱਢ ਲੈਂਦਾ। ਮਾਵਾਂ ਬਹੁਤ ਕੁਝ ਬੱਚਿਆਂ ਦਾ ਛੁਪਾ ਜਾਂਦੀਆਂ, ਉਹਨਾਂ ਨੇ ਇਹ ਨਹੀਂ ਦੱਸਿਆ ਕਿ ਜੈਜ਼ੀ ਗੱਡੀ ਲੈ ਕੇ ਕਿਤੇ ਬਾਹਰ ਗਿਆ ਹੋਇਆ। ਜਦੋਂ 2:30 ਵਜੇ ਫਿਰ ਕਿਸੇ ਦੋਸਤ ਦਾ ਫੋਨ ਆਉਂਦਾ ਮੇਰੇ ਬੱਚੇ ਨੂੰ, ਕਹਿੰਦੇ ਆ ਅੰਕਲ ਜੀ ਜੈਜ਼ੀ ਦੇ ਨਾ ਨਾਈਫ ਵੱਜ ਗਈ। ਮੇਰਾ ਬੇਟਾ ਕਹਿੰਦਾ ਦੋ ਵਜੇ ਫੋਨ ਆਉਂਦਾ ਮੇਰੀ ਪੋਤਰੀ ਦਾ ਅੱਜ ਰਾਤ ਨੂੰ, ਕਹਿੰਦੀ ਜੀ ਜੀ ਮੰਮਾ ਮੈਂ ਕੋਟ ਪੈਂਟ ਲਵਾਂ ਜੈਜ਼ੀ ਲਈ ਕਿ ਮੈਂ ਅਚਕਣ ਲਵਾਂ। ਹਾਏ, ਮੈਂ ਕਿਹਾ ਤੂੰ ਕੀ ਕਰੇਂਗੀ ਲੈ ਕੇ ਕੋਟ ਪੈਂਟ? ਕਹਿੰਦੀ ਮੈਂ ਆਪਣੇ ਵੀਰ ਨੂੰ ਦੁਲਹਾ ਬਣਾ ਕੇ ਤੋਰਨਾ, ਮੇਰਾ ਜਵਾਨ ਵੀਰ ਮੇਰੇ ਹੱਥਾਂ ਖੋਇਆ ਗਿਆ, ਮੈਂ ਕੀ ਕਰਾਂ। ਅਸੀਂ ਤਾਂ ਇੰਨੇ ਪਰੇਸ਼ਾਨ ਹਾਂ ਕਿ ਇਹ ਕੈਨੇਡਾ ਸਰਕਾਰ ਹੈ ਜਿਹੜੀ ਕਿ ਕੋਈ ਅਗਰ ਬਾਈ ਚਾਂਸ ਬੱਚੇ ਨੂੰ ਥੱਪੜ ਮਾਰ ਦਿਉ ਉਹਨਾਂ 'ਤੇ ਪੁਲਿਸ ਫੜ ਕੇ ਲੈ ਜਾਂਦੀ ਹੈ ਉਹਨਾਂ ਦੇ ਪਾਪਾ ਨੂੰ। ਇੱਕ ਸਾਡੇ ਜਵਾਨ ਬੱਚੇ ਨੂੰ ਕਤਲ ਕਰਤਾ ਅਤੇ ਅੱਜ ਤੱਕ ਸਾਨੂੰ ਇਨਸਾਫ਼ ਨਹੀਂ, ਸਾਨੂੰ ਇਹ ਪਤਾ ਨਹੀਂ ਕਿ ਕਿੰਨੇ ਮਾਰਿਆ, ਕਿੰਨੇ ਜਣੇ ਸੀ ਜਿਨ੍ਹਾਂ ਨੇ ਮਾਰਿਆ ਸਾਡੇ ਬੱਚੇ ਨੂੰ। ਸਮਝਣਾ ਵੀ ਚਾਹੀਦਾ ਹੈ ਅਤੇ ਮਾਂ ਪਿਓ ਦੀ ਗੱਲ ਨੂੰ ਬੁਰਾ ਨਹੀਂ ਮੰਨਣਾ ਚਾਹੀਦਾ। ਅਤੇ ਅਸੀਂ ਖੁਦ, ਮੈਂ ਖੁਦ ਮਾਂ ਹਾਂ, ਮੈਂ ਖੁਦ ਕਈ ਵਾਰੀ ਬੱਚਿਆਂ ਦਾ ਕੋਈ ਗੱਲ ਛੁਪਾ ਦਿੰਦੀ ਹਾਂ ਕਿ ਹਾਂ ਵੀ ਪਾਪਾ ਨੂੰ ਨਾ ਦੱਸੀਏ, ਪਾਪਾ ਗੁੱਸੇ ਹੋਣਗੇ। ਪਾਪਾ ਦੇ ਅੰਡਰ 'ਚ ਮੈਂ ਕਹਿੰਦੀ ਹਾਂ ਬੱਚੇ ਬਹੁਤ ਸੌਖੇ ਰਹਿੰਦੇ ਆ, ਬੱਚੇ ਅੱਗੇ ਵਧਣਗੇ। ਇਹ ਜਿਹੜਾ ਕੰਮ ਸਾਡੇ ਨਾਲ ਹੋਇਆ, ਪਰਮਾਤਮਾ ਕਰੇ ਕਿਸੇ ਵੈਰੀ ਦੁਸ਼ਮਣ ਨਾਲ ਨਾ ਹੋਵੇ। ਇਸ ਬੱਚੇ ਨੇ ਸਾਡੀ ਉਮਰ ਘਟਾਤੀ ਹੈ ਜੀ, ਇਸ ਬੱਚੇ ਨੇ ਸਾਡੀ ਉਮਰ ਘਟਾ। ਉਸਦੀ ਸਿਰਫ ਇੱਕ ਆਹ ਗਲਤੀ ਹੈ ਵੀ ਉਹ ਕੈਨੇਡਾ ਮੁਲਕ ਤੁਰ ਗਿਆ। ਸਭ ਤੋਂ ਮਾੜਾ ਮੁਲਕ ਕੈਨੇਡਾ। ਕਿਸੇ ਦਾ ਧੀ ਪੁੱਤ ਨਾ ਮਰੇ। ਉਸ ਕੰਜਰ ਨੂੰ ਕਹੋ ਵੀ ਸਾਡੇ ਵੀ ਮਾਰ ਤੇ ਇੱਕ ਇੱਕ ਛੁਰਾ ਸਾਡੇ ਦਿਲ ਚ, ਅਸੀਂ ਵੀ ਕੀ ਕਰਨਾ ਜੀ ਕੇ। ਕਿੱਡੇ ਗੰਦੇ ਕਾਨੂੰਨ ਹੈ ਵੀ ਦੱਸੋ, ਮਾਂ ਪਿਓ ਨੂੰ ਘੱਟੋ ਘੱਟ ਬੱਚੇ ਦਾ ਚਿਹਰਾ ਤਾਂ ਦਿਖਾਓ। ਅੱਜ ਤੱਕ ਨਹੀਂ ਦਿਖਾਇਆ ਜੀ, ਅੱਜ ਤੱਕ ਨਹੀਂ। ਬੱਚੇ ਦਾ ਚਿਹਰਾ ਤਾਂ ਦਿਖਾ ਦਿਓ ਮਾਂ ਪਿਓ ਨੂੰ। ਇਹ ਕੀ ਕਾਨੂੰਨ ਹੋਇਆ ਵੀ ਤੁਸੀਂ ਬੱਚੇ ਦਾ ਮੂੰਹ ਨਹੀਂ ਦਿਖਾਉਣਾ ਉਹਨੂੰ? ਕੁਵਾਰਾ ਬੱਚਾ ਮਾਰਤਾ ਜੀ, ਕਿਸੇ ਦਾ ਧੀ ਪੁੱਤ ਨਾ ਮਰੇ। ਉਹ ਛੁਰਾ ਇਕੱਲਾ ਜੈਜੀ ਦੇ ਦਿਲ 'ਚ ਨਹੀਂ ਵੱਜਿਆ, ਉਹ ਸਾਡੇ ਦਿਲਾਂ 'ਚ ਵੱਜਿਆ ਹੈ। ਸਾਡਾ ਇਹ ਜ਼ਖਮ ਕਦੀ ਨਹੀਂ ਭਰਨਾ ਜੀ, ਅਸੀਂ ਸਾਰੀ ਉਮਰ ਭੋਗਾਂਗੇ ਇਹ ਜ਼ਖਮ, ਅਸੀਂ ਸਾਰੀ ਉਮਰ ਭੋਗਣਾ ਜੀ। ਫਰੀਦਕੋਟ ਦੇ ਨਿਊ ਕੈਂਟ ਰੋਡ 'ਤੇ ਰਹਿੰਦੇ ਸੇਠੀ ਪਰਿਵਾਰ 'ਤੇ ਉਸ ਸਮੇਂ ਕਹਿਰ ਵਾਪਰ ਗਿਆ ਜਦੋਂ ਕੈਨੇਡਾ ਵਿੱਚ ਰਹਿੰਦੇ ਉਹਨਾਂ ਦੇ 18 ਸਾਲਾ ਪੋਤਰੇ ਦੀ ਹੱਤਿਆ ਕਰ ਦਿੱਤੀ ਗਈ। ਮਹਿਕਪ੍ਰੀਤ ਉਰਫ ਜੈਜੀ ਆਪਣੇ ਮਾਪਿਆਂ ਅਤੇ ਭੈਣ ਭਰਾ ਸਣੇ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਪਰਿਵਾਰ ਨੂੰ ਕੈਨੇਡਾ ਦੀ PR ਵੀ ਮਿਲ ਚੁੱਕੀ ਸੀ। ਮਹਿਕ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ। ਉਸਦਾ ਸੁਪਨਾ ਕੈਨੇਡਾ ਆਰਮੀ ਵਿੱਚ ਭਰਤੀ ਹੋਣਾ ਸੀ, ਲੇਕਿਨ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਲੰਘੀ 23 ਨਵੰਬਰ ਨੂੰ ਉਸਦਾ ਕੈਨੇਡਾ ਦੇ ਸਰੀ ਇਲਾਕੇ ਦੇ ਸਕੂਲ ਦੀ ਪਾਰਕਿੰਗ ਦੇ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਨੌਜਵਾਨ ਦੀ ਉਮਰ ਵੀ ਮਹਿਜ਼ 16 ਸਾਲ ਦੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਰੀਦਕੋਟ ਵਿੱਚ ਉਹਨਾਂ ਦੇ ਪਰਿਵਾਰ 'ਚ ਮਾਤਮ ਛਾ ਗਿਆ। ਫਰੀਦਕੋਟ ਵਿੱਚ ਉਸਦੇ ਦਾਦਾ ਦਾਦੀ, ਚਾਚਾ ਚਾਚੀ ਸਣੇ ਹੋਰ ਪਰਿਵਾਰਕ ਮੈਂਬਰ ਰਹਿੰਦੇ ਹਨ। ਮ੍ਰਿਤਕ ਮਹਿਕਪ੍ਰੀਤ ਦੀ ਦਾਦੀ ਸੇਵਾ ਮੁਕਤ ਟੀਚਰ ਬਲਜੀਤ ਕੌਰ ਨੇ ਕਿਹਾ ਕਿ ਪੋਤਰੇ ਦੀ ਮੌਤ ਨੇ ਉਹਨਾਂ ਦੀ ਉਮਰ ਨੂੰ ਘਟਾ ਕੇ ਰੱਖ ਦਿੱਤਾ। ਉਹਨਾਂ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਰੋਸ ਜਿਤਾਇਆ। ਅਜੇ ਤੱਕ ਉਹਨਾਂ ਦੇ ਹਰਪ੍ਰੀਤ ਸਿੰਘ ਅਤੇ ਨੂੰ ਸੀਮਾ ਨੂੰ ਬੇਟੇ ਦੀ ਲਾਸ਼ ਨਹੀਂ ਦਿਖਾਈ। ਉਹਨਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਮਹਿਕ ਦੇ ਚਾਕੂ ਕਿਵੇਂ ਵੱਜਿਆ। ਉਹਨਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਮਾਪਿਆਂ ਦੀ ਸਲਾਹ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਮੁਸੀਬਤ 'ਚੋਂ ਬਚ ਸਕਣ। ਸਾਡੇ ਨਾਲ ਨਾ ਜੀ ਬਾਬਾ ਜੀ ਨੇ ਉੱਪਰੋਂ ਉਤਰ ਕੇ ਲੜਾਈ ਕੀਤੀ ਹੈ ਸਾਡੇ ਨਾਲ। ਅਸੀਂ ਇਹਨੂੰ ਰੱਬ ਦਾ ਭਾਣਾ ਨਹੀਂ ਕਹਾਂਗੇ ਜੀ, ਅਸੀਂ ਇਹਨੂੰ ਲੋਕਾਂ ਦਾ ਭਾਣਾ ਕਹਾਂਗੇ। ਸਾਨੂੰ ਤਾਂ ਨਾ
इस तो चंगा सी कि परमात्मा साड़ी जिंदगी कढ़ लेंदा, साडे जवान बच्चे नूं इन्हां ने इस तरह मारता, मेरे बच्चिया तक नूं मूँह नहीं हले तक वेखन दिता गया, मेरे बच्चियां नूं ये नहीं पता साडे बच्चे दे चाकू वज्जिया कित्थे आ, असीं ते लोकां दी कहानियां दे उपर ही चल रहे हैं जी, असीं की करिए, असीं ते बहुत ज़्यादा दुखी हैं इस टाइम, बहुत ज़्यादा, मेरे बच्चे कनेडा च कल्ले, असीं इत्थे कल्ले, असीं उत्थे नहीं जा सकते, वो इत्थे नहीं आ सकते। 3 तरीक नूं इहनूं सिटीजनशिप मिली जी, 3 नवंबर नूं कनेडा दी, इन्ना खुश, कहिंदा मम्मा मैं ना एयरफोर्स च जाना ही है, मैं आर्मी च जाना है कनेडा दी, मैं लम्मा उच्चा जवान तो हैगा, असीं भी बड़े खुश, चलो साडे बच्चे नूं कनेडा दी सिटीजनशिप मिल गई, सानू की पता सी कि सिटीजनशिप साडे बच्चे नूं ही खा जाएगी। मेरे बच्चे नूं भी 1 बजे रात फोन आंदा है दुपहरे कि सरी स्कूल दे सामने ना किसी बच्चे का कतल हो गया, पंजाबी बच्चे का। मेरा बच्चा अपनी घर वाल फोन करता है, घरे सीमा जैजी कित्थे आ, सीमा कहिंदी जैजी घरे आ। असीं भी, मैं भी माँ हाँ, एक मावं बहुत कुछ बच्चों का छुपा जांदियां, उन्होंने यह नहीं दस्या कि जैजी गड्डी लैके कितने बाहर गया होया। जदों 2:30 बजे फिर किसी दोस्त का फोन आता है मेरे बच्चे नूं, कहिंदे आ अंकल जी जैजी दे ना नाइफ वज गई। मेरा बेटा कहिंदा है बाइक कितों वज गई, उन्होंने नाइफ नहीं सुनाई पिया, वो ट्रक ते आ हाईवे रोड ते जा रहा है, कहिंदा बाइक कितों वज गई। पर जो फिर उन्होंने पता लग्या, कहिंदा यह जिहड़ी खबर है ना, यह मेरे बच्चे की खबर 1 बजे तो आ रही है, जिहड़ी खबर FM न्यूज़ ते मेरे बच्चे की खबर आ रही है, उहदा दिल इन्ना तड़किया, उन्होंने ब्रेकां ला के अगे पिछे गड्डियां उहदियां वज्जियां खूब सारियां। उन्हें फिर सीमा नूं फोन लाया, सीमा मेरी डॉटर इन ला दा नाम आ, सीमा की कर रहे हो, कहिंदी मैं ड्यूटी जाण लई तैयार हो रही हाँ। कहिंदा तू ड्यूटी ना जा, तू वेख साडा जैजी नहीं हैगा, साडा जैजी खत्म हो गया, साडा जैजी इस टाइम हैगा नहीं। सीमा उहदी मम्मा कहिंदी है यह हो ही नहीं सकता, जैजी खत्म नहीं हो सकता। जदों हस्पताल जाके वेख्या तो वाकई जैजी है नहीं सी, वाकई जैजी है नहीं सी। राती मैनू 2 बजे फोन आंदा मेरी पोतरी का, अज रात नू कहिंदी जी जी मम्मा मैं कोट पेंट लवां जैजी ली कि मैं अचकन लवां। हाय मैं क्या तू की करेंगी लैके कोट पेंट, कहिंदी मैं अपने वीर नू दूल्हा बना के तोरना, मेरा जवान वीर मेरे हत्थों खोया गया, मैं की करा। इन्नी हिम्मत उस कुड़ी नू दित्ती रब ने कि वह अपने पापा नू संभाल रही है, अपनी मम्मी नू संभाल रही है, अपने छोटे भरा नू संभाल रही है। ये सारा कांड जिहड़ा होया स्कूल दे विच, मेरे छोटे बच्चे जिन्हों लैन गया सी मेरा बच्चा सरी स्कूल तो, उन्हें सारा कांड अपने जंगले चो वेख्या कि मेरे वीर नू चाकू किस तरह वज्जिया। बच्चा साडा जड़ बन गया छोटा, उन्हों अज उन्हें दस्या, अज जदों उन्हों सी मैं क्या करे उन्हों विखाओ ये पत्थर बन जाएगा बच्चा सी, इन्हों भी ना गवा लीए। जदों बच्चे नू फोटोआं विखाइया जैजी दियां, जैजी का समान विखाया, भुब्बा मार के रो पिया, भुब्बा मार मार के रोया। फिर कहिंदा मम्मा मेरे सामने जैजी गड्डी तो उतरिया, जैजी नू किसे मुंडिया ने कुछ किया, जैजी अगे गया, उन्होंने चाकू मारिया जैजी नू, जैजी गड्डी तक वापस आया, गड्डी ते वापस आके डिगे, दी चीख भी नहीं निकली, वह बच्चा बेचारा बस ते चढ़ के घर आ गया, उहदे बाद वह पत्थर बनिया रहा। असीं ते इन्ने परेशान आ कि ये कनेडा सरकार है जिहड़ी कि कोई अगर बायचांस बच्चे नू थप्पड़ मार दो उन्होंने पुलिस फड़ के लै जांदी है उन्होंने पापा नू, एक साडे जवान बच्चे नू कतल करता ते अज तक सानू इंसाफ नहीं, सानू ये पता नहीं कि किन्ने मारिया, किन्ने जने सी जिन्हां ने मारिया साडे बच्चे नू, किन्ने जने सी जिन्हां ने साडे बच्चे नू मारिया। मेरी एक अपील हो रही सारियां मावां नू अपील है, अगर पापा मना करदे आ ना बच्चों दे कि बच्चिया तू इधर ना जा उधर ना जा, उन्हों कहो ठीक कह रहे हैं तेरे पापा, तू ना जा पापा तो पुछे बगैर, तू ना जा, नहीं तो सारिया मावं अपने बच्चों तो हथ कवा लेनगियां, बच्चे हथ नहीं आने, साडे घर हाल वेखो की बनिया, सारे मैंटल होए पे, उहदी मम्मी नूं भी जैजी दी, जैजी मेरे पोतरे का छोटा नाँ है, निक नेम है, पापा ने बड़े लाडा नाल उहदा नाँ रखिया सी, उहदा नाँ असल महकप्रीत सेठी है, ते उहदी मम्मी डिप्रैस हो जाती है, एंबूलेंस बुलाते उन्होंने हस्पताल लैके जाते, बाद चो साडे हत्थां च कुछ नहीं आता। बच्चों नूं थोड़ा जिहा अपने मापियां नूं समझना भी चाहिए है, तो माँ प्यो की गल नूं बुरा नहीं मनना चाहिए, तो असी खुद, मैं खुद माँ हाँ, मैं खुद कई बार बच्चों का कोई गल छुपा दिनी हाँ कि हाँ भी पापा नूं ना दसीए पापा गुस्से होणगे, पापा के अंडर च मैं कहनी हाँ बच्चे बहुत सौखे रहिंदे आ, बच्चे अगे वधणगे, ये जिहड़ा काम साडे नाल होया परमात्मा करे किसे वैरी दुश्मन नाल ना होवे, इस बच्चे ने साडी उम्र घटाती है जी, इस बच्चे ने साडी उम्र घटाती है जी। महक दे चाचा हरमीत सिंह ने कहा कि कनेडा सरकार ने संस्कार लई उन्हां नूं 5 दिसंबर की तरीक दित्ती सी, लेकिन उस दिन छोटे भतीजे का जन्मदिन है, हुण उन्हां ने संस्कार की तरीक 4 दिसंबर की
रख दी है। उसकी सिर्फ एक आ गलती है भी वह कनेडा मुल्क तुर गया। बस सब तो माड़ा मुल्क कनेडा है। किसी का धी पुत ना मरे, उस कंजर नूं कहो भी साढ़े भी मारते एक एक छुरा साढ़े दिल च ही भी की करना जी के कदों गए हुए कनेडा। भरा तो 8 साल तो उत्थे है जी, 2015 बच्चे 4 साल तो उत्थे है जी। इस तो पहला किड्डे गंदे कानून है भी दसो मां प्यो नूं घट्टो घट बच्चे का चेहरा तो दिखाओ। आज तक नहीं दिखाया जी, आज तक नहीं। बच्चे का चेहरा तो दिखा दो मां प्यो नूं। ये की कानून होया भी तुसीं बच्चे का मूँह नहीं दिखाना उन्हों। संस्कार की तरीक देती जी 5 दिसंबर, छोटे बच्चे का जन्मदिन उस दिन। उसदे लई कपड़े लैन गया सी, 4 दिसंबर की तरीक ली है उन्होंने। हुण 4 दिसंबर नूं उहदा संस्कार होएगा। कुवारा बच्चा मारता जी, किसी का धी पुत ना मरे। वो छुरा कला जय जी दे दिल च नहीं वजिया, वो साढ़े दिलों च वजिया है। साडा यह जख्म कदी नहीं भरना जी, अं सारी उम्र भोगांगे ये जख्म, अं सारी उम्र भोगना जी। वो तो मारता इन्होंने, वह तो तुर गया, साड़ी जिंदगी बर्बाद कर गया जी। ब्यूरो रिपोर्ट, चैनल पंजाबी। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।